ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਉੱਤੇ। ਹਾਜ਼ਰ ਹੋ ਗਿਆ ਤੁਹਾਡੇ ਲਈ ਇੱਕ ਲੇਟੈਸਟ ਅਪਡੇਟ ਲੈ ਕੇ, ਵੱਡੀ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਦੋਸਤੋ। ਸੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਸੋ ਜਿਵੇਂ ਕਿ ਪਿਛਲਾ ਇੱਕ ਹਫ਼ਤਾ ਕਹਿ ਸਕਦੇ ਹਾਂ ਵੀ ਪਿਛਲੇ ਇੱਕ ਹਫ਼ਤੇ ਤੋਂ ਜਿਹੜਾ ਛੁੱਟੀਆਂ ਦਾ ਵਿਸ਼ਾ ਪੰਜਾਬ ਦੇ ਵਿੱਚ ਉਹ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਤਾਂ ਬਹੁਤ ਸਾਰੀਆਂ ਜਿਹੜੀਆਂ ਫੇਕ ਨਿਊਜ਼ ਵਾਇਰਲ ਹੋ ਰਹੀਆਂ ਨੇ। ਫੇਕ ਨਿਊਜ਼ ਇਸ ਤਰੀਕੇ ਨਾਲ ਵਾਇਰਲ ਹੋ ਰਹੀ ਕਿ ਕੱਲ੍ਹ ਤੋਂ ਛੁੱਟੀਆਂ ਹੋ ਰਹੀਆਂ ਨੇ, ਕੱਲ੍ਹ ਤੋਂ ਸਕੂਲ ਬੰਦ ਹੋ ਰਹੇ ਨੇ, ਗਰਮੀ ਦੇ ਕਾਰਨ ਛੁੱਟੀਆਂ ਹੋ ਗਈਆਂ ਨੇ, ਪੰਜਾਬ ਸਰਕਾਰ ਦਾ ਫੈਸਲਾ ਹੈ। ਤਾਂ ਦੋਸਤੋ ਆਪਾਂ ਤੁਹਾਨੂੰ ਜਿਹੜੀ ਖਬਰ ਦੀ ਇਨਫੋਰਮੇਸ਼ਨ, ਜਿਹੜੀ ਤੁਹਾਨੂੰ ਕਰੈਕਟ ਜਾਣਕਾਰੀ, ਜਿਹੜੀ ਅਸਲੀ ਸੱਚਾਈ, ਜਿਹੜੀ ਬਿਲਕੁਲ ਸੱਚੀ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਹਜੇ ਤੱਕ ਵੀ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਬਾਰੇ ਕੋਈ ਵੀ ਅਪਡੇਟ ਨਹੀਂ ਆਈ ਹੈ। ਜਦੋਂ 15 ਮਈ ਨੂੰ ਸਰਕਾਰ ਨੇ ਸਕੂਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਸੀ ਤਾਂ ਉਦੋਂ ਸਰਕਾਰ ਨੇ ਨੋਟੀਫਿਕੇਸ਼ਨ ਵਿੱਚ ਲਿਖਿਆ ਸੀ ਕਿ ਜਿਹੜੀਆਂ ਨੇ ਜੂਨ ਦੀਆਂ ਛੁੱਟੀਆਂ ਉਹ 31 ਮਈ ਤੋਂ ਹੀ ਹੋਣ ਵਾਲੀਆਂ ਨੇ, ਯਾਨੀ ਕਿ 1 ਜੂਨ ਤੋਂ ਲੈ ਕੇ 30 ਜੂਨ ਤੱਕ ਜਿਹੜੀਆਂ ਸਕੂਲਾਂ ਦੀਆਂ ਛੁੱਟੀਆਂ ਇਹ ਰਹਿਣ ਵਾਲੀਆਂ ਨੇ। ਤੇ ਬਿਲਕੁਲ ਸੱਚਾਈ ਜਿਹੜੀ ਹੈ, ਅਸਲ ਖਬਰ ਹੈ ਬਿਲਕੁਲ ਇਹੀ ਹੈ ਕਿ ਤੁਹਾਨੂੰ 31 ਜੂਨ ਤੋਂ, ਮਾਫ਼ ਕਰਨਾ, ਜਿਹੜਾ 31 ਮਈ ਤੋਂ ਤੁਹਾਨੂੰ ਛੁੱਟੀਆਂ ਹੋਣਗੀਆਂ ਤੇ 1 ਜੂਨ ਤੋਂ ਲੈ ਕੇ 30 ਜੂਨ ਤੱਕ ਜਿਹੜਾ ਤੁਹਾਡੀਆਂ 1 ਮਹੀਨੇ ਤੁਹਾਨੂੰ ਛੁੱਟੀਆਂ ਦਿੱਤੀਆਂ ਜਾਣਗੀਆਂ। ਇਹੀ ਬਿਲਕੁਲ ਅਸਲ ਸੱਚਾਈ ਹੈ। ਜਿਹੜੀਆਂ ਬਾਕੀ ਫੇਕ ਨਿਊਜ਼ ਵਾਇਰਲ ਹੋ ਰਹੀਆਂ ਨੇ ਉਹ ਸਾਰੀਆਂ ਫੇਕ ਨਿਊਜ਼ ਕਰਕੇ ਤੁਸੀਂ ਉਹਨਾਂ ਤੇ ਯਕੀਨ ਨਾ ਕਰੋ। ਸੋ ਮਿਲਦੇ ਹਾਂ ਫਿਰ ਕਿਸੇ ਹੋਰ ਲੇਟੈਸਟ ਅਪਡੇਟ ਦੇ ਨਾਲ। ਲੇਟੈਸਟ ਤੋਂ ਲੇਟੈਸਟ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ, ਸਾਡਾ ਚੈਨਲ ਕਰਕੇ ਰੱਖੋ ਸਬਸਕ੍ਰਾਈਬ। ਮਿਲਦੇ ਹਾਂ ਫਿਰ ਕਿਸੇ ਹੋਰ ਲੇਟੈਸਟ ਅਪਡੇਟ ਦੇ ਨਾਲ। ਥੈਂਕ ਯੂ।